ਬਲਦੇਵ ਸਿੰਘ ਦੀ ਕਹਾਣੀ ਹਵੇਲੀ ਛਾਵੇਂ ਖੜਾ ਰੱਬ ਬਾਕੀ ਦਾ ਬਾਗ ਪਾਣੀ ਧਾਣੀ ਪੀ ਕੇ ਕਲਾਕਾਰ ਸਟੇਜ ਤੇ ਆਏ ਤਾਂ ਸ਼ਾਮਿਆਂ ਨੇ ਬਾਹਰ ਖੁੱਲੇ ਅਸਮਾਨ ਹੇਠ ਤੇ ਦਰ ਉਦਰ ਘੁੰਮਦੇ ਲੋਕਾਂ ਦਾ ਸ਼ੋਰ ਸਾਹ ਰੋਕ ਕੇ ਬੈਠ ਗਿਆ ਕਲਾਕਾਰ ਬੀਬੀ ਨੇ ਹੇਕ ਚੁੱਕੀ ਤੇ ਨਾਲ ਨਾਲ ਉਹ ਆਪਣੀ ਖੱਬੀ ਬਾਹ ਵੀ ਉੱਚੀ ਚੁੱਕਦੀ ਗਈ ਜਦੋਂ ਝਟਕੇ ਨਾਲ ਉਹਨੇ ਹੇਕ ਤੋੜੀ ਤਾਂ ਜੁੜਿਆ ਇਕੱਠ ਧੰ ਧੰ ਕਰਨ ਲੱਗਾ ਕੁਛ ਅਰਤੀ ਕਰ ਲੋਕ ਭੁੱਲ ਗਏ ਧਰਤੀ ਹੁਣ ਤਾਂ ਪੰਨ ਲੱਗ ਪਈ ਐ ਕਈਆਂ ਨੇ ਅਚੇਤ ਹੀ ਆਪਣੇ ਕੁੜਤੇ ਉਤਾਰ ਕੇ ਸਿਰਾਂ ਉੱਪਰ ਛਾਂ ਕਰ ਲਈ ਕਈਆਂ ਨੇ ਪੈਰਾਂ 'ਚੋਂ ਜੁੱਤੀਆਂ ਲਾ ਕੇ ਪੈਰਾਂ ਥੱਲੇ ਦੇ ਲਈਆਂ ਧੁੱਪ ਨਾਲ ਝੁਲਸ ਰਹੇ ਆਦਮੀ ਔਰਤਾਂ ਬੱਚੇ ਅੰਬੇ ਜੇ ਨਾਲ ਗਾਉਣ ਵਾਲਿਆਂ ਨੂੰ ਸੁਣਨ ਲੱਗੇ ਕੁਝ ਪਲਾਂ ਲਈ ਉਹ ਭੁੱਲ ਗਏ ਕਿ ਇੱਥੇ ਕਿਸ ਵਾਸਤੇ ਆਏ ਹਨ ਗਰਮੀ ਕਾਰਨ ਬੱਚੇ ਡਰੋਂ ਘੁਰਲਾਉਣ ਲੱਗ ਪਏ گاਵਾਾਂ ਛਾ ਦੀ ਪਹਾੜ ਵਿੱਚ ਦਰਖਤਾਂ ਦੀ ਓਟ ਵੱਲ ਜਾਣ ਲੱਗੀਆਂ ਸ਼ਾਮਿਆ ਨੇ ਏਹਟ ਕੇਵਲ ਪ੍ਰਬੰਧਕਾਂ ਤੇ ਖਾਸ ਬੰਦਿਆਂ ਦੇ ਬੈਠਣ ਜੋਗੀ ਜਗ੍ਹਾ ਸੀ ਲੋਕ ਖਿਸਕਦੇ ਦੇਖ ਕਲਾਕਾਰ ਬੀਬੀ ਅੱਖ ਮਟਕਾ ਕਰਨ ਲੱਗੀ ਉਹਦਾ ਸਾਥੀ ਲੱਕ ਤੇ ਹੱਥ ਧਰ ਕੇ ਹਲੋਰੇ ਖਾ ਖਾ ਕੇ ਗਾਉਣ ਲੱਗਾ ਕੁਝ ਮੰਚਲੇ ਟਿਕ ਗਏ ਤੀਵੀਆਂ ਬੁੱਲਜੇ ਕੱਢਦੀਆਂ ਤੇ ਬੁੜਬੁੜ ਕਰਦੀਆਂ ਉੱਠਦੀਆਂ ਗਈਆਂ ਜੈ ਖਾਣੇ ਦੇ ਕੰਜਰ ਉਦੋਂ ਇੱਕ ਪ੍ਰਬੰਧਕ ਅੱਗੇ ਆਇਆ ਉਹ ਕਲਾਕਾਰਾਂ ਨੂੰ ਵਿਚਕਾਰ ਰੇ ਹਟਾ ਕੇ ਬੋਲਿਆ ਇੱਥੇ ਹੀ ਤਾਂ ਸਿੱਦਕ ਦੀ ਪਰਖ ਹੋਣੀ ਹੈ ਦੁੱਖ ਪਾਇਆ ਹੀ ਸੁੱਖ ਮਿਲਦਾ ਹੈ ਹੁਣੇ ਹੀ ਖਬਰ ਆਈ ਹੈ ਸਾਡੇ ਅਨਦਾਤਾ ਸਿੰਘਾਸਨ ਤੂਟ ਖਲੋਤੇ ਹਨ ਓਡਨ ਖਟੋਲੇ ਰਈ ਜਲਦੀ ਆਪਣੇ ਸਬਨਾ ਕੋਲ ਭੁੱਜਣ ਵਾਲੇ ਹਨ ਖੁਸ਼ੀ ਦੀ ਕਲੈਰ ਲੋਕਾਂ ਦੇ ਚਿਹਰਿਆਂ ਤੇ ਆਈ ਉਹਨਾਂ ਨਾਰੇ ਲਾਏ ਜਕਾਰੇ ਛੱਡੇ ਪਰ ਵਰਦੀ ਅੱਗ ਨੇ ਜਲਦੀ ਖੁਸ਼ੀ ਦੇ ਰੌਣ ਨੂੰ ਝੁਲਸ ਦਿੱਤਾ ਬੱਚੇ ਉਵੇਂ ਰੋਂ ਰੋਂ ਕਰ ਲਾਉਣ ਲੱਗੇ ਕੋਈ ਰੋਟੀ ਮੰਗਣ ਲੱਗਾ ਟਿੱਕੇ ਇਕੱਠੇ ਚ ਫਿਰ ਹਿਲਜੁਲ ਹੋਣ ਲੱਗੀ ਰੋਲੇ ਦਾ ਵੀ ਰੋਲਾ ਜਿਹਾ ਅਸਮਾਨ ਵੱਲ ਉੱਡਿਆ ਤੇ ਅੱਕੇ ਲੋਕਿਓ ਉੱਠ ਖੜੇ ਜਿਵੇਂ ਅਚਾਨਕ ਕਿਸੇ ਨੇ ਸੱਪ ਦੇਖ ਲਿਆ ਹੋਵੇ ਸ਼ਾਂਤੀ ਨਾਲ ਬੈਠੇ ਰਹੋ ਮੈਂ ਬੇਨਤੀ ਕਰਦਾ ਸ਼ਾਂਤੀ ਨਾਲ ਬੈਠੇ ਰਹੋ ਇੱਕ ਪ੍ਰਬੰਧਕ ਘਬਰਾਟ ਜਿਹੀ ਚ ਕਹਿ ਰਿਹਾ ਸੀ ਕਲਾਕਾਰਾਂ ਨੂੰ ਸੁਣੋ ਗੜਬੜ ਕਰਨ ਵਾਲਿਆਂ ਨੂੰ ਮਾਫ ਨਹੀਂ ਕੀਤਾ ਜਾਏਗਾ ਸਾਨੂੰ ਸਬਰ ਦਾ ਸਬੂਤ ਦੇਣਾ ਚਾਹੀਦਾ ਹੈ ਇਹ ਇਮਤਿਹਾਨ ਦੀ ਘੜੀ ਹੈ ਇਹ ਆਉਣ ਹੀ ਵਾਲੇ ਹੈ ਅਸੀਂ ਵੀ ਤੁਹਾਡੇ ਨਾਲ ਹਾਂ ਬਸ ਥੋੜਾ ਜਿਹਾ ਹੋਰ ਲੰਗਰ ਤਿਆਰ ਹੋ ਗਿਆ ਬਸ ਉਹਨਾਂ ਦੇ ਆਉਣ ਦੀ ਧੀਰ ਹੈ ਕਲਾਕਾਰ ਫੇਰ ਗਾਉਣ ਲੱਗੇ ਪਰ ਉਹਨਾਂ ਦੀ ਕੋ ਉਹਨਾਂ ਨੂੰ ਕੋਈ ਨਹੀਂ ਸੁਣ ਰਿਹਾ ਸੀ ਤੇ ਮੱਖੀਆਂ ਦੀ ਭਿੰਪਣਾਟ ਜੀ ਲਗਾਤਾਰ ਸੁਣਾਈ ਦੇਣ ਲੱਗੀ। ਉਹਨਾਂ ਚ ਬਹੁਤੇ ਲੋਕ ਸੋਚਣ ਅੱਗੇ ਰੱਬ ਬਿਨਾ ਐਨੇ ਬਰੇ ਨਿਕਲ ਹੀ ਗਏ ਨੇ ਹੁਣ ਸਰਾਪ ਦੇ ਕੇ ਉਹ ਕਿਹੜੇ ਨਵੇਂ ਨਰਕ ਚ ਧੱਕ ਦੂ। ਸਾਡੇ ਘਰਾਂ ਨਾਲੋਂ ਤਾਂ ਚੰਗਾ ਹੀ ਹੋਊ ਉੱਥੇ ਤੇ ਐਂ ਧੁੱਪ ਚ ਸੜ ਕੇ ਮਰਨ ਨਾਲੋਂ ਤਾਂ ਚੰਗਾ ਆਪਣੇ ਆਪਣੇ ਘਰੀ ਚਲੇ ਜਾਈਏ। ਉਹ ਪ੍ਰਬੰਧਕਾਂ ਨੂੰ ਗਾਲਾਂ ਕੱਢਣ ਲੱਗੇ ਸਾਲੇ ਦਰਸ਼ਨ ਕਰਾਉਣ ਦੇ। ਕੁਝ ਮੁੰਡਿਆਂ ਨੇ ਨਾਰੇ ਲਾਤੇ ਪ੍ਰਬੰਧਕ ਕਬਰਾਏ ਤੇ ਇੱਕ ਨੇ ਕਾਲੀ ਨਾਲ ਐਲਾਨ ਕੀਤਾ ਉਹ ਆ ਗਏ ਹਨ ਭਰਾਓ ਬੈਠੋ ਆ ਗਏ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਸਾਡੇ ਪੂਜਣ ਯੋਗ ਪਰਪਕਾਰੀ ਦੀ ਹਵੇਲੀ ਉਤਰੇ ਹਨ ਕੁਝ ਆਰਾਮ ਕਰਕੇ ਸਾਡੇ ਪਾਸ ਪੂਜਣੇ ਵਾਲੇ ਹਨ ਮੁਰਝਾਈ ਜੀ ਖੁਸ਼ੀ ਲੋਕਾਂ ਦੇ ਚਿਹਰਿਆਂ ਤੇ ਆਈ ਵਿੱਚੋਂ ਵਿੱਚੋਂ ਜੈਕਾਰੇ ਛੱਡਣ ਅਮਰ ਰਹੇ ਜ਼ਿੰਦਾਬਾਦ ਦੀਆਂ ਆਵਾਜ਼ਾਂ ਨਾਲ ਫਿਰ ਧੂੜ ਉੱਡਣ ਲੱਗੀ ਪ੍ਰਬੰਧਕਾਂ ਦੇ ਚਿਹਰਿਆਂ ਉੱਤੇ ਵੀ ਰੌਣਕ ਆ ਗਈ ਕੁਝ ਦੇਰ ਲਈ ਲੋਕ ਭੁੱਖ ਤੇ ਧੁੱਪ ਸਭ ਕੁਝ ਭੁੱਲ ਗਏ ਉਹ ਭੁੱਲ ਗਏ ਅੱਜ ਕਮਾਂ ਤੇ ਨਾ ਜਾਣਕਾਰਨ ਕਈ ਦਿਨ ਉਹ ਰਾਸ ਨਹੀਂ ਆਉਣਗੇ ਉਹ ਭੁੱਲ ਗਏ ਜਿਸਨ ਦਾਤੇ ਦੀ ਇੰਤਜ਼ਾਰ ਚ ਬੈਠੇ ਉਹ ਭੁੱਜ ਰਹੇ ਐ ਕੋਈ ਉਹਨਾਂ ਨੂੰ ਉਹਦੇ ਨੇੜੇ ਤੇੜੇ ਵੀ ਫਟਕਣ ਨਹੀਂ ਦੇਵੇਗਾ ਉਹ ਇਹ ਵੀ ਭੁੱਲ ਗਏ ਕਿ ਉਹਨਾਂ ਦੀਆਂ ਔਰਤਾਂ ਬੱਚੇ ਕੋਲੀਆਂ ਥਾਲੀਆਂ ਬਾਟੀਆਂ ਲਈ ਉਸ ਰੱਬ ਦਾ ਨਹੀਂ ਲੰਗਰ ਦਾ ਇੰਤਜ਼ਾਰ ਕਰ ਰਹੇ ਐ ਉਧਰ ਪਰਉਪਕਾਰੀ ਦੀ ਹਵੇਲੀ ਚ ਲੋਕਾਂ ਦਾ ਰੱਬ ਦੁੱਧ ਚਿੱਟੇ ਵਸਤਰ ਪਹਿਨੀ ਬਾਰ-ਬਾਰ ਸੂਰਜ ਨੂੰ ਕੋਸਣ ਲੱਗਾ ਅਹਿਲਕਾਰ ਸੇਵਾ ਚ ਜੁਟ ਗਏ ਹਵੇਲੀ ਦੀ ਟਟ-ਟ ਹਰਕਤ ਚ ਆ ਗਈ ਉਹ ਦੱਸਣ ਲੱਗਾ ਸਭ ਦੇਵਤੇ ਬਾਗੀ ਹੋ ਗਏ ਹਨ ਸੂਰਜ ਉਹਦੇ ਕਹਿਣੇ 'ਚ ਨਹੀਂ ਰਿਹਾ ਇੰਦਰ ਦੇਵਤਾ ਵਿਰੋਧੀਆਂ ਨਾਲ ਜਾਰ ਲਿਆ ਹੈ ਨਹੀਂ ਤਾਂ ਅੱਜ ਉਹ ਮੀਂਹ ਪਵਾ ਕੇ ਠੰਡੀਆਂ ਹਵਾਵਾਂ ਵਗਾ ਦਿੰਦਾ ਐਨੀ ਗਰਮੀ ਇਹ ਵੀ ਤਾਂ ਕੋਈ ਸਾਜ਼ਿਸ਼ ਹੀ ਲੱਗਦੀ ਹੈ ਪਹਿਲਾਂ ਬੇਮੌਸਮੀ ਮੀਂਹ ਪੈਂਦੇ ਰਹੇ ਤੇ ਹੁਣ ਇਹ ਸਭ ਐਵੇਂ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਐਲਕਾਰ ਸਿਰ ਹਿਲਾ ਹਿਲਾ ਆਪਣੀ ਸਹਿਮਤੀ ਪ੍ਰਗਟ ਕਰਨ ਲੱਗੇ ਤੇ ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਉਹ ਕਿਸੇ ਤਰ੍ਹਾਂ ਵੀ ਸੂਚਨਾ ਨਹੀਂ ਪਹੁੰਚਾ ਸਕੇ ਨਹੀਂ ਤਾਂ ਇਹੋ ਜੇ ਕਰੜੇ ਦਿਨ 'ਚ ਉਹਨਾਂ ਨੂੰ ਸਫ਼ਰ ਨਹੀਂ ਸੀ ਕਰਨਾ ਪੈਣਾ ਲੋਕਾਂ ਦਾ ਕੀ ਸੀ ਉਹ ਤਾਂ ਕਦੇ ਵੀ ਫੇਰ ਬੁਲਾਏ ਜਾ ਸਕਦੇ ਐ ਉਹਨਾਂ ਦੇ ਆਰਾਮ ਲਈ ਤਿਆਰ ਕੀਤੇ ਕਮਰੇ 'ਚ ਉਹਨਾਂ ਨੂੰ ਲੈ ਜਾਇਆ ਗਿਆ ਥੱਕੇ ਸਨ ਕਮਰਾ ਵੀ ਬਾਹਰ ਨਾਲੋਂ ਕੁਝ ਠੰਡਾ ਸੀ ਕੁਛਰ ਆਰਾਮ ਕਰਨ ਲਈ ਜਿਉਂ ਹੀ ਲਟੇ ਅੱਖਾਂ 'ਚ ਕੁਮਾਰੀ ਆਉਣ ਲੱਗੇ ਇੱਕ ਮਹਾ ਮੂਰਖ ਸੇਵਾਦਾਰ ਨੇ ਉਹਨਾਂ ਦੀ ਸਮਾਦੀ ਭੰਗ ਕਰਤੀ ਡਰਦਿਆਂ ਡਰਦਿਆਂ ਗੁਸਤਾਖੀ ਕੀਤੀ ਮਹਾਰਾਜ ਚ ਰਸਤੇ 'ਚ ਲੋਕ ਤੁਹਾਡੇ ਦਰਸ਼ਨਾਂ ਲਈ ਧੁੱਪ 'ਚ ਸੜ ਰਹੇ ਆ ਬੱਚੇ ਬਿਲਕੁਲ ਰਹੇ ਅਭੀ ਹੋਸ਼ ਹੋ ਰਹੇ ਆ ਉਹ ਸਵੇਰ ਤੋਂ ਉੱਥੇ ਬੈਠੇ ਐ ਹੋਰ ਕਿੰਨਾ ਚਿਰ ਬੈਠੇ ਰਹਿਣਗੇ ਮਹਾਰਾਜ ਮਹਾਰਾਜ ਜੀ ਦੇ ਮੱਥੇ ਉੱਪਰ ਤ੍ਰਿਸ਼ੂਲ ਉੱਭਰਿਆ ਉਹਨਾਂ ਗੁੱਸੇ ਨਾਲ ਆਪਣੇ ਅੰਗ ਰਖਸ਼ਕ ਵੱਲ ਤੱਕਿਆ ਤੇ ਫਿਰ ਅੰਗ ਰਖਸ਼ਕ ਸੇਵਾਦਾਰ ਨੂੰ ਬਾਹਰ ਲਾਇਆ ਇਧਰ ਪੰਡਾਲ ਦੇ ਪ੍ਰਬੰਧਕ ਬਰਬਰ ਆਖ ਰਹੇ ਸਨ ਉਹ ਆਉਣ ਹੀ ਵਾਲੇ ਆ ਬਸ ਉਹ ਆ ਹੀ ਰਹੇ ਆ ਨਿਰਾਸ਼ ਹੋਏ ਲੋਕ ਹੁਣ ਖਿੱਚ ਗਏ ਉਹਨਾਂ 'ਚ ਰੋਸ ਜਾਗ ਰਿਹਾ ਸੀ ਭਗਤੀ ਭਾਵਨਾ ਮਿਟਦੀ ਜਾ ਰਹੀ ਸੀ ਉਹ ਬਾਰ-ਬਾਰ ਨਲਕਿਆਂ ਛਪੜਾਂ ਵੱਲ ਨਸ-ਨਸ ਅੱਕ ਗਏ ਸਨ ਇਕੱਠ 'ਚ ਇੱਕ ਬੁਖਲਾਹਟ ਜਿਹੀ ਫੈਲ ਗਈ ਸੀ ਪਹਿਲਾ ਲੋਕ ਖਾਲੀ ਅਸਮਾਨ ਵੱਲ ਤੱਕ ਰਹੇ ਸਨ ਪਰਪਕਾਰੀਆਂ ਦੀ ਹਵੇਲੀ ਵੱਲ ਵੇਖਦੇ ਸਨ ਕਲਾਕਾਰਾਂ ਨੂੰ ਹਟਾ ਦਿੱਤਾ ਗਿਆ ਸੀ ਜਾਂ ਉਹ ਗਾਲਾਂ ਤੋਂ ਡਰਦੇ ਆਪ ਹੀ ਬੈਠ ਗਏ ਸਨ ਹਵੇਲੀ ਵਾਲਿਆਂ ਸਾਡੇ ਰੱਬ ਨੂੰ ਰੋਕ ਲਿਆ ਕਿਸੇ ਨੇ ਵਿਰੋਧ ਕੀਤਾ ਅਸੀਂ ਹਵੇਲੀ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਹੋਰ ਆਵਾਜ਼ਾਂ ਆਈਆਂ ਅਸੀਂ ਕਦੋਂ ਤੱਕ ਇੱਥੇ ਬੈਠੇ ਰਹਾਂਗੇ ਪ੍ਰਬੰਧਕਾਂ ਚਫੜਾ-ਦਫੜੀ ਪੈ ਗਈ ਕੁਝ ਹਵੇਲੀ ਵਾਲ ਨੂੰ ਨੱਠੇ ਉਹਨਾਂ ਦੱਸਿਆ ਚੌਰਾਸਤੇ 'ਚ ਗੜਬੜ ਹੋ ਗਈ ਹੈ ਲੋਕ ਭੜਕੇ ਹੋਏ ਹਨ ਇਹ ਜ਼ਰੂਰ ਕਿਸੇ ਦੀ ਚਾਲ ਹੈ ਮਹਾਰਾਜ ਦੀ ਜਾਨ ਨੂੰ ਖਤਰਾ ਹੈ ਅਸੀਂ ਇਹਨਾਂ ਨੂੰ ਚੌਰਾਸਤੇ 'ਚ ਨਾ ਜਾਣ ਦੀ ਬੇਨਤੀ ਕਰਨ ਆਏ ਅੰਤਾਂ ਦੀ ਗਰਮੀ ਵਿੱਚ ਵੀ ਲੋਕਾਂ ਦੇ ਰੱਬ ਦਾ ਲੂੰ ਕੰਡਾ ਖੜਾ ਹੋ ਗਿਆ ਤੇ ਉਪਰੋ-ਉਪਰੋ ਬੋਲੇ ਲੋਕਾਂ ਨੂੰ ਤਾਂ ਮੈਂ ਜ਼ਰੂਰ ਦਰਸ਼ਨ ਦੇਾਂਗਾ ਉਹ ਬਹੁਤ ਨਿਰਾਸ਼ ਹੋ ਜਾਣਗੇ ਤੁਸੀਂ ਕਿਉਂ ਭੁੱਲਦੇ ਹੋ ਉਹਨਾਂ ਦੀ ਨਾਰਾਜ਼ਗੀ ਆਉਣ ਵਾਲੇ ਸਮੇਂ ਮੇਰਾ ਸਿੰਘਾਸਨ ਹਿਲਾ ਸਕਦੀ ਹੈ ਪਰ ਤਨੰਤਰੀਆਂ ਨੇ ਤੁਹਾਨੂੰ ਗਰਮੀ ਤੋਂ ਬਚੇ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਉਹਨਾਂ ਦੇ ਇੱਕ ਖਾਸ ਸੈਲ ਕਰਨੇ ਕਿਆ ਪਰ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਵਾਇਆ ਜਾਏਗਾ ਕਿ ਆਉਣਾ ਚਾਹੁੰਦੇ ਸਨ ਪਰ ਉਹਨਾਂ ਦਾ ਰਾਹ ਰੋਕ ਲਿਆ ਗਿਆ ਇਹ ਕੰਮ ਤੁਸੀਂ ਸਾਡੇ ਤੇ ਕੀ ਹਵੇਲੀ ਦੇ ਅੰਦਰੋਂ ਚ ਰਸਤੇ 'ਚ ਬੈਠੇ ਲੋਕ ਨਜ਼ਰ ਆ ਸਕਦੇ ਆ ਇੱਥੋਂ ਨਹੀਂ ਮਹਾਰਾਜ ਬਾਹਰ ਹਵੇਲੀ ਦੀ ਛਾਵੇਂ ਜੇ ਪਹੁੰਚ ਸਕੋ ਹਵੇਲੀ ਮਾਲਕ ਨੇ ਕਿਹਾ ਲੋਕਾਂ ਦਾ ਰੱਬ ਛਤਰਿਆਂ ਦੀ ਛਾਂ ਹੇਠ ਹਵੇਲੀ ਛਾਵੇਂ ਆਣ ਖੜਾ ਦੂਰ ਚ ਰਸਤੇ ਵੱਲ ਵੇਖਣ ਤੋਂ ਪਹਿਲਾਂ ਉਹਨੇ ਆਲੇ ਦੁਆਲੇ ਉੱਪਰ ਨੀਚੇ ਘੋਖਿਆ ਦੇਖਿਆ ਇੱਥੇ ਉਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਸ਼ਤਰੂ ਦੀ ਕੋਈ ਚਾਲ ਤਾਂ ਨਹੀਂ ਦੂਰ ਖੇਤਾਂ 'ਚ ਅੱਕਦੀਆਂ ਲਹਿਰਾਂ ਦਾ ਜਿਵੇਂ ਸਮੁੰਦਰ ਵਗ ਰਿਹਾ ਹੋਵੇ ਰਾਮ 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 ਰੱਬ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ ਹੌਲੀ ਹੌਲੀ ਉਹਨਾਂ ਦੀ ਨਿਗਾਹ ਚ ਰਸਤੇ ਵੱਲ ਮੁੜ ਪਈ ਤੇ ਤਰਬਕ ਕੇ ਬੋਲੇ ਇਹਨਾਂ ਨੂੰ ਕਹੋ ਆਪੋ ਆਪਣੇ ਘਰੇ ਜਾਣ ਅਸੀਂ ਇਹਨਾਂ ਦੀ ਹਾਲਤ ਦੇਖ ਲਈ ਐ ਜਲਦੀ ਇਹਨਾਂ ਦੀਆਂ ਸਹੂਲਤਾਂ ਲਈ ਫਰਮਾਨ ਜਾਰੀ ਹੋਣਗੇ ਮਹਾਰਾਜ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ ਕਿਸੇ ਨੇ ਫੇਰ ਗੁਸਤਾਖੀ ਕੀਤੀ ਨਹੀਂ ਇਹ ਨਾ ਮੁਮਕਿਨ ਹੈ ਜਾਣ ਬੁਝ ਕੇ ਖਤਰਾ ਨਹੀਂ ਛੇੜਿਆ ਜਾ ਸਕਦਾ ਉਹਨਾਂ ਦੇ ਇੱਕ ਸਹਿਯੋਗੀ ਨੇ ਕਿਹਾ ਸਭ ਨੂੰ ਮੇਰੀ ਇੱਕ ਇੱਕ ਤਸਵੀਰ ਭੇਟ ਕਰੋ ਉਹਨਾਂ ਨੂੰ ਕਹੋ ਆਪਣੇ ਘਰਾਂ 'ਚ ਲਟਕਾਉਣ ਸਵੇਰੇ ਧੂਪ ਦਿਆ ਕਰਨ ਮੈਂ ਉਹਨਾਂ ਦੇ ਅੰਗ ਸੰਗ ਰਹਾਂਗਾ ਰੱਬ ਜੀ ਨੇ ਫਰਮਾਇਆ ਚਰਸਤੇ 'ਚ ਲੋਕਾਂ ਨੂੰ ਜਦੋਂ ਸਾਰੀ ਸਥਿਤੀ ਦੀ ਜਾਣਕਾਰੀ ਹੋਈ ਤਾਂ ਭੜਕ ਪਏ ਅਸੀਂ ਉਹਨੂੰ ਹਵੇਲੀ ਦੀ ਛਾਵੇਂ ਨਹੀਂ ਖੜਨ ਦੇਵਾਂਗੇ ਉਹ ਸਾਡੀਆਂ ਤਕਲੀਫਾਂ ਸੁਣੇ ਬਿਨਾਂ ਨਹੀਂ ਜਾ ਸਕਦਾ ਹਵੇਲੀ ਵਾਲਿਆਂ ਨੂੰ ਰੱਬ ਨਹੀਂ ਰੋਕਣ ਦੇਵਾਂਗੇ ਲੋਕ ਤਖਤ ਪੋਸ਼ ਵੱਲ ਵਧਣ ਲੱਗੇ ਬੱਚੇ ਤੇ ਔਰਤਾਂ ਡਰ ਕੇ ਖਾਲੀ ਬਾਟੀਆਂ ਥਾਲੀਆਂ ਲੈ ਕੇ ਘਰਾਂ ਵੱਲ ਨੂੰ ਨੱਠਣ ਲੱਗੇ ਦੂਰ ਵੇਖਣ ਵਾਲੇ ਜੰਤਰ ਨਾਲ ਮਹਾਰਾਜ ਸਭ ਕੁਝ ਵੇਖ ਰਹੇ ਸਨ ਉਹਨਾਂ ਨੇ ਗੰਭੀਰ ਸ਼ਾਂਤ ਬਣੇ ਰਹਿ ਕੇ ਉਚਾਰਿਆ ਲਾਠੀ ਚਾਚ ਕਰੋ ਲੋਕਾਂ ਨੇ ਦੁੱਧ ਚਿੱਟੀਆਂ ਚਾਦਰਾਂ ਫਾੜ ਦਿੱਤੀਆਂ ਪੰਡਾਲ ਦੀਆਂ ਝੰਡੀਆਂ ਖਿੱਚ ਦਿੱਤੀਆਂ ਲੋਕਾਂ ਦੇ ਰੱਬ ਨੇ ਉਚਾਰਿਆ ਅਥਰੂ ਗੈਸ ਛੱਡੋ ਚਰਸਤੇ ਵੱਲੋਂ ਉਵੇਂ ਰੌਲਾ ਸੁਣਦਾ ਰਿਹਾ ਲੋਕਾਂ ਦੇ ਰੱਬ ਨੇ ਉਵੇਂ ਸ਼ਾਂਤ ਬਣੇ ਰਹਿ ਕੇ ਕਿਹਾ ਜੇ ਲੋੜ ਪਈ ਤਾਂ ਗੋਲੀ ਚਲਾ ਦਿੱਤੀ ਜਾਵੇ ਫੇਰ ਉਹ ਗੰਭੀਰ ਚਿਹਰੇ ਨਾਲ ਹਵੇਲੀ 'ਚ ਮੁੜਾਏ ਉਹਨਾਂ ਦੇ ਚਿਹਰੇ ਤੇ ਠਰਮਾ ਸੀ ਉਹਨਾਂ ਉਵੇਂ ਗੰਭੀਰ ਬਣੇ ਰਹਿ ਕੇ ਆਪਣੇ ਅਹਿਲਕਾਰਾਂ ਨੂੰ ਕਿਹਾ ਲੋਕਾਂ ਨੂੰ ਕਹਿਣਾ ਅੱਜ ਦੀ ਘਟਨਾ ਤੇ ਉਹਨਾਂ ਨੂੰ ਬੇहद ਦੁੱਖ ਹੋਇਆ ਹੈ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਕੁਝ ਰੁਪਏ ਦਾਨ ਦਾ ਐਲਾਨ ਕੀਤਾ ਜਾਏ ਲੋਕਾਂ ਨੂੰ ਸਮਝਾਉਣਾ ਕੁਝ ਸਮਾਜ ਵਿਰੋਧੀ ਗੁੰਡਿਆਂ ਨੇ ਕਾਰਵਾਈ ਕੀਤੀ ਹੈ ਇਹਦੀ ਛਾਣਬੀਨ ਕਰਨ ਲਈ ਜਲਦੀ ਇੱਕ ਕਮਿਸ਼ਨ ਬਿਠਾਇਆ ਜਾਏਗਾ ਉਹ ਫਿਰ ਜਲਦੀ ਦੂਜੀ ਫੇਰੀ ਤੇ ਆਉਣਗੇ ਤੇ ਉਹਨਾਂ ਨੂੰ ਦਰਸ਼ਨ ਦੇਣਗੇ ਤੇ ਉਹ ਲੋਕਾਂ ਦੇ ਰੱਬ ਉਹਵੇਂ ਸ਼ਾਂਤ ਚਿੱਤ ਬਣੇ ਆਹਸਤਾ ਆਹਸਤਾ ਉੱਥੋਂ ਤੁਰੇ ਤੇ ਜਿੱਧਰੋਂ ਆਏ ਸਨ ਉਧਰੋਂ ਉੱਡ ਗਏ ਪਿੰਡ ਵਾਲਿਆਂ ਨੂੰ ਹਨੇਰਾ ਹੋਣ ਤੱਕ ਚਰਸਤੇ ਵੱਲੋਂ ਰੌਲਾ ਚੀਕਾਂ ਤੇ ਕਦੇ-ਕਦੇ ਗੋਲੀਆਂ ਚੱਲਣ ਦੀ ਆਵਾਜ਼ਾਂ ਸੁਣਦੀਆਂ ਰਹੀਆਂ ਧੰਨਵਾਦ ਸਮਾਪਤ